ਭਾਰਤੀ ਖਿਡਾਰੀ ਦੇਸ਼ ਵਿਦੇਸ਼ ਦੇ ਵਿੱਚ ਤਗਮੇ ਜਿੱਤ ਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਨੇ। ਤਾਜ਼ਾ ਜੋ ਕਿ ਮਾਮਲਾ ਸਾਹਮਣੇ ਆਇਆ ਲੁਧਿਆਣਾ ਦੇ ਨਾਲ ਸੰਬੰਧਿਤ ਹੈ। ਅੰਤਰਰਾਸ਼ਟਰੀ ਪੈਰਾ ਟੇਬਲ ਟੈਨਿਸ ਖਿਡਾਰੀ ਸ਼ੁਭਮ ਵਧਵਾ ਨੇ ਇੰਟਰਨੈਸ਼ਨਲ ਟੇਬਲ ਟੈਨਿਸ ਫੈਡਰੇਸ਼ਨ FA 40 ਥਾਈਲੈਂਡ ਪੈਰਾ ਓਪਨ ਚੈਂਪੀਅਨਸ਼ਿਪ 2024 ਦੇ ਵਿੱਚ ਮਿਕਸਡ ਡਬਲਸ ਦੇ ਵਿੱਚ ਸੋਨ ਤਗਮਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਇਹ ਮੁਕਾਬਲਾ 21 ਤੋਂ 24 ਜੁਲਾਈ ਦਰਮਿਆਨ ਕਰਵਾਇਆ ਗਿਆ ਸੀ। 2016 ਦੇ ਵਿੱਚ ਇੱਕ ਸੜਕ ਹਾਦਸੇ ਦੌਰਾਨ ਸਰੀਰ ਦਾ ਇੱਕ ਵੱਡਾ ਹਿੱਸਾ ਅਧਰੰਗ ਹੋ ਜਾਣ ਦੇ ਬਾਅਦ ਖੇਡਾਂ ਦੇ ਵੱਲ ਮੁੜਨ ਵਾਲੇ ਸ਼ੁਭਮ ਨੇ ਆਪਣੀ ਜ਼ਿੰਦਗੀ ਨੂੰ ਇੱਕ ਨਵੇਂ ਪੱਧਰ 'ਤੇ ਪਹੁੰਚਾਇਆ। ਇਸ ਮੌਕੇ ਘਰ ਪੁੱਜਣ 'ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਲੱਡੂਆਂ ਦੇ ਨਾਲ ਮੂੰਹ ਮਿੱਠਾ ਉਸਦਾ ਕਰਵਾਇਆ ਗਿਆ ਅਤੇ ਕਿਵੇਂ ਜਸ਼ਨ ਦਾ ਮਾਹੌਲ ਉਹਨਾਂ ਦੇ ਘਰ ਦੇ ਵਿੱਚ ਦੇਖਣ ਨੂੰ ਮਿਲਿਆ ਅਤੇ ਕੀ ਉਹਨਾਂ ਦੇ ਮਾਪਿਆਂ ਦਾ ਕਹਿਣਾ, ਆਓ ਤੁਹਾਨੂੰ ਦਿਖਾਉਂਦੇ ਹਾਂ ਇੱਕ ਝਲਕ। ਮੇਰਾ ਨਾਮ ਸ਼ੁਭਮ ਵਾਧਵਾ ਜੀ। ਸਰ, ਕਿਹੜੀ ਗੇਮ 'ਚ ਜਿੱਤ ਕੇ ਆਏ ਹੋ, ਕਿੱਥੇ ਹੋਈ ਹੈ ਗੇਮ, ਕਿੰਨੇ ਕੰਟਰੀਆਂ ਨੇ ਹਿੱਸਾ ਲਿਆ ਸੀ? ਸਰ, ਮੈਂ ਪੈਰਾ ਟੇਬਲ ਇੰਟਰਨੈਸ਼ਨਲ ਪਲੇਅਰ ਹਾਂ ਸਰ। ਪੈਰਾ ਟੇਬਲ ਖੇਡਦਾ ਹਲੇ ਸਰ, ਮੈਂ ਥਾਈਲੈਂਡ ਗਿਆ ਸੀਗਾ। ਥਾਈਲੈਂਡ ਇੰਟਰਨੈਸ਼ਨਲ ਮੇਰਾ ਸਰ ਗੋਲਡ ਮੈਡਲ ਆਇਆ ਸਰ, ਥਾਈਲੈਂਡ ਪੈਰਾ ਓਪਨ ਚੈਂਪੀਅਨਸ਼ਿਪ 'ਚ। ਓਵਰਆਲ ਸਰ 30 ਕੰਟਰੀਜ਼ ਆਈ ਸੀਗੀ। ਮੇਰਾ ਮਿਕਸ ਡਬਲ ਸਰ ਗੋਲਡ ਮੈਡਲ ਆਇਆ ਸਰ। ਕਿੰਨੇ ਕੁ ਇੰਡੀਆ ਦੇ ਪਲੇਅਰ ਸੀ ਸਰ? ਇੰਡੀਆ ਦੇ ਤਾਂ ਆਲਮੋਸਟ 36 ਪਲੇਅਰ ਗਏ ਸੀਗੇ ਸਰ। ਆਲ ਓਵਰ ਵਰਲਡ ਸਰ ਓਲੰਪੀਅਨ ਸਾਰੇ ਆਏ ਹੋਏ ਸੀਗੇ ਸਰ। ਇੰਡੀਆ ਦੇ ਸਰ 3 ਮੈਡਲ ਆਇਆ ਸਰ, ਇੱਕ ਗੋਲਡ ਆਇਆ, 2 ਸਿਲਵਰ ਆਇਆ ਸਰ। ਗੋਲਡ ਮੇਰਾ ਮੈਡਲ ਆਇਆ ਸਰ। ਹਾਂਜੀ ਸਰ। ਕਦ ਤੋਂ ਤੁਸੀਂ ਖੇਡ ਰਹੇ ਹੋ ਤਾਂ ਕਿੰਨੇ ਕੁ ਮੈਡਲ ਜਿੱਤ ਚੁੱਕੇ ਹੋ? ਸਰ, ਮੈਂ 2018 ਤੋਂ ਖੇਡਣਾ ਸ਼ੁਰੂ ਕੀਤਾ ਜੀ, ਕਰੋਨਾ ਟਾਈਮ ਤੋਂ ਬਾਅਦ। ਮਤਲਬ ਮੇਰਾ ਹਾਲੇ ਤੱਕ ਮੈਂ 7 ਟਾਈਮਸ ਇੰਡੀਆ ਚੈਂਪੀਅਨ ਬਣ ਚੁੱਕਾ। ਮੇਰੇ ਕੋਲ ਸਰ ਟੋਟਲ 15 ਮੈਡਲ ਹੈਗੇ ਆ ਹਾਲੇ। ਮਤਲਬ ਲਾਸਟ 3 ਮੰਥਸ ਵਾਲੇ ਨੈਸ਼ਨਲ 'ਚ ਮੇਰੇ 3 ਗੋਲਡ ਮੈਡਲ ਆਏ ਸੀਗੇ। ਮਤਲਬ ਮੇਰੇ ਕੋਲ ਸਰ 8 ਗੋਲਡ ਹੈਗੇ ਆ, 3 ਸਿਲਵਰ ਆ, 3 ਬਰੋਂਜ਼ ਆ ਸਰ। ਨੈਸ਼ਨਲ ਇੰਟਰਨੈਸ਼ਨਲ ਮੈਡਲ ਆ। ਮੈਂ ਇਕਲੌਤੇ ਪੰਜਾਬ ਦਾ ਪਲੇਅਰ ਹਾਂ ਜੋ ਮਤਲਬ 7 ਟਾਈਮ ਇੰਡੀਆ ਚੈਂਪੀਅਨ ਬਣ ਚੁੱਕਾ ਅਤੇ ਹਾਲੇ ਇੰਟਰਨੈਸ਼ਨਲ ਮੇਰਾ ਗੋਲਡ ਮੈਡਲ ਆਇਆ ਸਰ। ਕਦੋਂ ਦਾ ਖੇਡਣਾ ਤੁਸੀਂ ਸਟਾਰਟ ਕੀਤਾ? ਸਰ, ਮੇਰਾ ਸਰ 2016 'ਚ ਬਾਈਕ ਐਕਸੀਡੈਂਟ ਹੋ ਗਿਆ ਸੀਗਾ। ਮਤਲਬ ਮੈਂ ਪੂਰੇ 2.5-3 ਸਾਲ ਪੂਰੇ ਬੈਠ 'ਤੇ ਸੀਗਾ। ਮੇਰਾ ਮਤਲਬ ਐਕਸੀਡੈਂਟ ਹੋ ਗਿਆ, ਸਪਾਈਨਲ ਕੋਰਡ ਇੰਜਰੀ ਹੋ ਗਈ ਸੀ। ਉਸ ਤੋਂ ਬਾਅਦ ਮਤਲਬ ਪੂਰਾ ਵੀਲਚੇਅਰ ਦਾ ਮਤਲਬ ਐਂ ਲੱਗਦਾ ਲਾਈਫ ਓਵਰ ਹੋ ਚੁੱਕੀ ਆ। ਮੈਂ 2018 ਦੇ ਮਿਡ 'ਚ ਖੇਡਣਾ ਸ਼ੁਰੂ ਕੀਤਾ ਸੀਗਾ ਕਰੋਨਾ ਟਾਈਮ ਤੋਂ ਬਾਅਦ। ਫਿਰ ਮਤਲਬ 2022 'ਚ ਪਹਿਲੇ ਨੈਸ਼ਨਲ ਖੇਡਣ ਲੱਗਿਆ ਸੀਗਾ। ਫਿਰ ਮੈਂ ਨੈਸ਼ਨਲ ਚੈਂਪੀਅਨ ਬਣਿਆ। ਹੁਣ ਸਰ ਮੇਰਾ ਜੋ ਮਤਲਬ ਲਾਈਫ ਦਾ ਗੋਲ ਹੈਗਾ ਤੂੰ ਓਲੰਪਿਕਸ ਦੇ ਮੈਡਲ ਲੈ ਕੇ ਆਉਣਾ ਸਰ। ਹਾਂਜੀ। ਅਤੇ ਪਰਿਵਾਰ ਦਾ ਕਿਹੋ ਸਪੋਰਟ ਆ? ਸਰ, ਮੇਰੀ ਫੈਮਲੀ ਦਾ ਬਹੁਤ ਵੱਡਾ ਸਪੋਰਟ ਆ। ਇੰਨਾ ਵੱਡੇ ਹਾਦਸੇ ਤੋਂ ਬਾਅਦ, ਮੇਰੀ 90% ਬੋਡੀ ਪੈਰਲਾਈਜ਼ ਹੋਣ ਤੋਂ ਬਾਅਦ ਐਂ ਲੱਗਦਾ ਲਾਈਫ ਓਵਰ ਹੋ ਚੁੱਕੀ ਆ, ਬਟ ਮੇਰੀ ਫੈਮਲੀ ਨੇ ਫੁੱਲ ਸਾਥ ਦਿੱਤਾ। ਅੱਜ ਜੋ ਵੀ ਜਿੰਦਾ ਵੀ ਜੋ ਵੀ ਉਹਨਾਂ ਕਰਕੇ ਆ ਸਰ, ਇਹਦਾ ਐਂ ਲੱਗਦਾ ਲਾਈਫ ਖਤਮ ਹੋ ਚੁੱਕੀ ਆ। ਪੂਰਾ 2.5-3 ਸਾਲ ਬੈਡ 'ਤੇ ਪੂਰਾ ਲੱਗਦਾ ਸੀਗਾ, ਡੈਡ ਬੋਡੀ ਸਰ ਹੋ ਗਿਆ ਸੀਗਾ। ਬਟ ਮੈਂ ਗਿਵ ਅਪ ਨਹੀਂ ਕੀਤਾ। ਮੇਰੇ ਮੰਮਾ ਪਾਪਾ ਬ੍ਰਦਰ ਨੇ ਮੋਟੀਵੇਟ ਕੀਤਾ ਗਾ ਵੀ ਮੈਨੂੰ ਤੂੰ ਟੇਬਲ ਟੈਨਿਸ 'ਚ ਕਮਬੈਕ ਕਰ ਸਕਦਾ। ਅਤੇ ਅੱਜ ਸਰ ਮੈਂ ਇੰਡੀਆ ਚੈਂਪੀਅਨ ਹਾਂ, ਮੈਨੂੰ ਬਹੁਤ ਖੁਸ਼ੀ ਹੁੰਦੀ ਆ। ਪਹਿਲਾ ਪਲੇਅਰ ਆ ਮਤਲਬ ਪੰਜਾਬ ਦਾ, ਇੰਡੀਆ ਦਾ ਨੈਸ਼ਨਲ ਇੰਟਰਨੈਸ਼ਨਲ ਅਤੇ ਇੰਟਰਨੈਸ਼ਨਲ ਗੋਲਡ ਮੈਡਲ ਹੈਗੇ ਆ। ਸੋ ਜੋ ਮੇਰਾ ਹੁਣ ਲਾਈਫ ਦਾ ਗੋਲ ਹੈਗਾ 26-22 ਦੀ ਏਸ਼ੀਅਨ ਗੇਮਸ ਹੈਗੀ ਆ, ਉਹ 'ਚ ਮੈਡਲ ਲੈ ਕੇ ਆਵਾਂ ਸਰ। ਸਰ, ਜਿਵੇਂ ਕਈ ਲੋਕ ਹੁੰਦੇ ਆ ਜਿਹੜੇ ਹਿੰਮਤ ਹਾਰ ਜਾਂਦੇ ਆ, ਪਰ ਤੁਸੀਂ ਇਹਨਾਂ ਕੋਲ ਹੋਣ ਦੇ ਬਾਵਜੂਦ ਸਫਲਤਾ ਪ੍ਰਾਪਤ ਕੀਤੀ, ਕੀ ਕਹਿਣਾ ਚਾਹੁੰਗੇ ਵਾਕਿਆ? ਸਰ, ਮੇਨ ਸਰ ਫੈਮਲੀ ਸਪੋਰਟ ਹੁੰਦਾ ਵਾ। ਮੇਰੀ ਫੈਮਲੀ ਨੇ ਬਹੁਤ ਸਪੋਰਟ ਕੀਤਾ, ਉਹਨੂੰ ਮੋਟੀਵੇਟ ਕੀਤਾ, ਮੇਰੇ ਫਰੈਂਡਸ ਨੇ ਮੋਟੀਵੇਟ ਕੀਤਾ। ਮਤਲਬ ਟੇਬਲ ਟੈਨਿਸ ਸੀ ਮੈਂ ਆਪਣੇ ਲਾਈਫ 'ਚ ਗੋਲ ਬਣਾ ਲਿਆ ਹੋਇਆ। ਮਤਲਬ ਸਰ ਲਾਈਫ 'ਚ ਅਪ ਐਂਡ ਡਾਊਨ ਤਾਂ ਆਉਂਦੇ ਰਹੂੰਗੇ, ਪਰ ਤੁਹਾਡੇ ਮਾਇੰਡ ਸੈਟ ਉੱਤੇ ਡਿਪੈਂਡ ਆ ਤੁਸੀਂ ਕਿੱਦਾਂ ਲੜਨਾ ਉਹਦੇ ਨਾਲ। ਹੁਣ ਅਗਰ ਮੈਂ ਰੋਣ ਲੱਗ ਜੂੰਗਾ, ਰੋ ਕੇ ਮੇਰੇ ਲਾਈਫ 'ਤੇ ਕੁਛ ਨਹੀਂ ਹੋਏਗਾ। ਬਟ ਸਰ ਤੁਹਾਡੇ 'ਤੇ ਡਿਪੈਂਡ ਆ, ਤੁਸੀਂ ਪੋਜ਼ੀਟਿਵ ਰਹੋਗੇ, ਤੁਸੀਂ ਮਤਲਬ ਸਰ ਤੁਹਾਡੇ 'ਤੇ ਡਿਪੈਂਡ ਕਰਦਾ ਕਿ ਮਤਲਬ ਤੁਸੀਂ ਲਾਈਫ ਨੂੰ ਕਿੱਦਾਂ ਜੀਣਾ। ਬਟ ਮੈਂ ਆਪਣਾ ਗੋਲ ਬਣਾਇਆ ਹੋਇਆ ਲਾਈਫ ਦਾ ਕਿ ਮੈਂ ਵਰਲਡ ਚੈਂਪੀਅਨ ਬਣਨਾ, ਓਲੰਪਿਕ ਮੈਡਲ ਲੈ ਕੇ ਆਉਣਾ, ਮੈਂ ਮਿਸ਼ਨ ਦੇ ਸਰ। ਕਾਫੀ ਟਫ ਕੰਪੀਟੀਸ਼ਨ ਹੁੰਦਾ, ਕਿਹੋ ਜਿਹੀ ਪ੍ਰੈਕਟਿਸ ਹੁੰਦੀ ਹੈ ਕਿ ਕਾਫੀ ਮੁਸ਼ਕਿਲ ਹੁੰਦਾ ਸਰ? ਹਾਂਜੀ ਸਰ, ਬਹੁਤ ਕੰਪੀਟੀਸ਼ਨ ਹੁੰਦਾ। 5 ਕੋਂਟੀਨੈਂਟ ਦੇ ਸਾਰੇ ਪਲੇਅਰ, ਏਸ਼ੀਆ ਆਉਂਦਾ, ਅਫਰੀਕਾ ਆਉਂਦਾ, ਸਾਰੇ ਯੂਰਪ ਆਉਂਦਾ, ਅਮੈਰੀਕਾ ਆਉਂਦਾ, ਸਾਰੇ ਪਲੇਅਰ ਕੋਂਟੀਨੈਂਟਸ ਪਲੇਅਰ ਆਉਂਦੇ, ਪੂਰੇ ਵਰਲਡ ਲੈਵਲ 'ਤੇ ਹੁੰਦੇ ਆ।
ਤਾਂ ਮਤਲਬ ਸਰ ਮੈਂ ਹੁਣ ਸਪੋਰਟਸ ਅਥਾਰਟੀ ਆਫ ਇੰਡੀਆ ਗਾਂਧੀਨਗਰ 'ਚ ਪ੍ਰੈਕਟਿਸ ਕਰਦਾ, ਗੁਜਰਾਤ 'ਚ ਪ੍ਰੈਕਟਿਸ ਕਰਦਾ ਸਰ। ਮਤਲਬ ਸਰ ਮਤਲਬ ਮੋਰਨਿੰਗ 6 to 9, ਫਿਰ ਈਵਨਿੰਗ 4 to 7। ਮਤਲਬ ਸਰ ਕਾਫੀ ਹੈਵੀ ਸ਼ਡਿਊਲ ਆ। ਮਤਲਬ ਪ੍ਰੋਪਰ ਟਾਈਮ ਸੋਣਾ, ਪ੍ਰੋਪਰ ਟਾਈਮ ਖਾਣਾ, ਪ੍ਰੋਪਰ ਇੱਕ ਡਿਸਿਪਲਿਨ ਦੇਖ, ਡਿਸਿਪਲਿਨ 'ਚ ਸਰ ਚੱਲਣਾ, ਮਤਲਬ ਇੱਕ ਪੰਚੁਐਲਿਟੀ ਅਤੇ ਸਰ ਮਤਲਬ ਫੋਕਸ ਰਹਿਣਾ ਬਹੁਤ ਵੱਡੀ ਚੀਜ਼ ਹੋਈ ਸਰ। ਡੇਲੀ ਰੂਟੀਨ ਨੂੰ ਕੀ ਇਕੱਲੇ ਮੈਨੇਜ ਕਰ ਪਾਉਂਦੇ ਹੋ, ਕਿਸੇ ਦੀ ਲੋੜ ਪੈਂਦੀ ਹੈ? ਸਰ ਮਤਲਬ ਡੇਲੀ ਰੂਟੀਨ ਦਾ ਮਤਲਬ ਪਹਿਲੇ ਮੈਂ 3-4 ਸਾਲ ਪੂਰੇ 5-6 ਸਾਲ ਪੂਰੇ ਬ੍ਰਦਰ ਡਿਪੈਂਡ ਸੀਗਾ। ਹੁਣ ਮੈਂ ਮਤਲਬ ਆਪਣੇ ਆਪ ਨੂੰ ਇੰਡੀਪੈਂਡੈਂਟ ਹੋਣ ਦੀ ਕੋਸ਼ਿਸ਼ ਕਰ ਰਿਹਾ। ਜਦੋਂ ਮੈਂ ਇੰਟਰਨੈਸ਼ਨਲ ਜਾਂਦਾ ਉਦੋਂ ਮੇਰਾ ਬ੍ਰਦਰ ਮੇਰੇ ਨਾਲ ਸਾਥ ਰਹਿੰਦਾ ਵਾ, ਮੇਰੇ ਮਤਲਬ ਕੇਅਰ ਟੇਕਰ ਦਾ, ਮਤਲਬ ਪ੍ਰੋਪਰ ਕੇਅਰ ਕਰਨਾ, ਸਭ ਕੁਛ ਕਰਨਾ। ਬਟ ਮੈਂ ਗਿਵ ਅਪ ਨਹੀਂ ਕੀਤਾ, ਮੇਰੀ ਫੈਮਿਲੀ ਦਾ ਬਹੁਤ ਵੱਡਾ ਸਪੋਰਟ ਆਉਂਦਾ ਸਰ। ਫਿਊਚਰ ਸਰ ਮੇਰਾ ਪਲੈਨ ਹੈਗਾ 2026 ਏਸ਼ੀਅਨ ਪੈਰਾ ਗੇਮ 'ਚ ਕੁਆਲੀਫਾਈ ਕਰਨਾ ਅਤੇ ਆਪਣੇ ਇੰਡੀਆ ਲਈ ਮੈਡਲ ਲੈ ਕੇ ਆਉਣਾ, ਗੋਲਡ ਮੈਡਲ ਲੈ ਕੇ ਆਉਣਾ। ਉਸ ਤੋਂ ਬਾਅਦ ਸਰ ਕਾਮਨਵੈਲਥ ਗੇਮਸ ਹੈਗੀ ਆ, 2028 'ਚ ਓਲੰਪਿਕਸ ਹੈਗੇ ਆ। ਮੇਰੇ ਜਿਹੜੇ 4 ਈਅਰ ਦਾ ਪੂਰੇ ਮਿਸ਼ਨ ਹੈਗੇ ਆ। ਹਾਲੇ ਮੈਂ ਪੈਰਾਲੰਪਿਕ ਵਰਲਡ ਕੁਆਲੀਫਿਕੇਸ਼ਨ ਕੁਆਟਰ ਹਾਰ ਗਿਆ, ਮਤਲਬ ਮੈਨੂੰ ਬਹੁਤ ਔਖਾ, ਮਤਲਬ ਮੈਂ ਓਲੰਪਿਕ ਕੁਆਲੀਫਾਈ ਹੋ ਸਕਦਾ ਸੀਗਾ, ਬਟ ਮੈਂ ਦੋ ਰਾਊਂਡ ਦੇ ਕਾਰਨ ਮਿਸ ਹੋ ਗਿਆ। ਬਟ ਹੁਣ ਅਗਲੇ ਟੂਰਨਾਮੈਂਟ 'ਚ ਮੈਂ ਇੰਨਾ ਬੈਕਅਪ, ਦੋ ਮੰਥ ਪ੍ਰੈਕਟਿਸ ਕੀਤੀ, ਹੁਣ ਮੇਰਾ ਗੋਲਡ ਮੈਡਲ ਆਇਆ। ਹੁਣ ਮਤਲਬ ਮੈਨੂੰ ਹੋਰ ਮੋਟੀਵੇਸ਼ਨ ਮਿਲ ਰਹੀ ਹੈ ਕਿ ਮੈਂ ਹੁਣ ਮਤਲਬ ਹੁਣ ਏਸ਼ੀਆ ਪੈਰਾ ਗੇਮ 'ਚ ਕੁਆਲੀਫਾਈ ਕਰਨਾ ਅਤੇ ਡਾਇਰੈਕਟ ਓਲੰਪਿਕ 'ਚ ਕੁਆਲੀਫਾਈ ਹੋਣਾ ਸਰ। ਸਰ ਸਟੇਟ ਵੱਲੋਂ ਹਾਲੇ ਸਰ ਕੋਈ ਸਪੋਰਟ ਮਤਲਬ ਮਿਲੀ ਨਹੀਂ, ਪਰ ਹਾਲੇ ਮਤਲਬ ਮੈਨੂੰ ਲੱਗ ਰਿਹਾ ਸਪੋਰਟ ਮਿਲੇਗੀ ਸਾਨੂੰ। ਮਤਲਬ ਜਿਹੜੇ ਸਾਈ ਵੱਲੋਂ, ਕੇਂਦਰ ਸਰਕਾਰ ਵੱਲੋਂ ਤਾਂ ਸਾਈ ਵੱਲੋਂ ਸਪੋਰਟ ਮਿਲ ਰਹੀ ਆ, ਹਾਲੇ ਮੈਨੂੰ ਇੰਨਾ ਮਤਲਬ ਕਿ ਪੰਜਾਬ ਗੌਰਮੈਂਟ ਵੀ ਸਪੋਰਟ ਕਰੇਗੀ ਸਰ ਹਾਲੇ। ਅਜੀਤ ਵਾਲੀ ਗੱਲ ਕਰਦੀ, ਮੇਰਾ ਨਾਮ ਵਿਵੇਕ ਵਰਮਾ ਵਾ ਅਤੇ ਮੈਂ ਸ਼ੁਭਮ ਵਾਦਵਾਦ ਬ੍ਰਦਰ ਹੀ ਹਾਂ ਅਤੇ ਨਾਲ ਕੋਚਿੰਗ ਕਰਦਾ ਅਤੇ ਨਾਲ ਆਪਾਂ ਜਿਵੇਂ ਨੈਸ਼ਨਲ ਮੈਚਸ ਹੁੰਦੇ ਉੱਥੇ ਜਾਂਦੇ ਆ, ਮੈਂ ਵਿਜ਼ਿਟ ਨਾਲ ਹੀ ਇਹਨਾਂ ਦੇ ਕਰਦਾ। ਕਾਫੀ ਟਫ ਰਹਿੰਦਾ ਇਹਨਾਂ ਲਈ, ਇਹਨਾਂ ਨੂੰ ਇੱਕ ਬੰਦਾ ਜ਼ਰੂਰੀ ਹੁੰਦਾ ਵਾ। ਜਿਵੇਂ ਅਸੀਂ ਓਲਾ ਕੈਬ ਕਰਾ ਕੇ ਜਾਂਦੇ ਆ, ਵਾਪਸ ਆਉਣਾ ਜਾਣਾ ਬਹੁਤ ਔਖਾ ਹੁੰਦਾ, ਮੈਚਿਸ ਖੇਡਣਾ ਕਿੰਨਾ ਸਫੋਕੇਸ਼ਨ ਕਰਦੇ ਆ, ਗਰਮੀ ਸਰਦੀ। ਬ੍ਰਦਰ ਬਸ ਓਲੰਪਿਕ ਗੋਲਡ ਮੈਡਲ ਚਾਹੀਦਾ, ਮੇਨ ਸਾਡਾ ਫੋਕਸ ਅਤੇ ਮੋਟੀਵੇਟ ਇਹੀ ਆ, ਦੇਮ ਦਾ ਨਾਮ ਰੋਸ਼ਨ ਕਰਨਾ। ਉਹ ਕੰਪਟੀਸ਼ਨ ਬੜਾ ਟਫ ਸੀਗਾ, ਕਾਫੀ ਪਲੇਅਰ ਆਏ ਸੀਗੇ, ਆਲ ਓਵਰ ਵਰਲਡ ਆਇਆ ਸੀਗਾ, ਉਹਦੇ ਵਿੱਚ ਗੋਲਡ ਮੈਡਲ ਆਇਆ। ਬਹੁਤ ਪ੍ਰਾਊਡ ਫੀਲ ਹੋਇਆ ਕਿ ਇੰਡੀਆ ਦਾ ਨਾਮ ਰੋਸ਼ਨ ਹੋਇਆ ਆਪਣਾ, ਅਤੇ ਆਪਣਾ ਝੰਡਾ ਲਹਿਰਾਇਆ ਤਿਰੰਗਾ। ਬਸ ਇਹੀ ਆ ਕਿ ਗਵਰਨਮੈਂਟ ਦਾ ਸਪੋਰਟ ਮਿਲੇ ਇਹਨਾਂ ਨੂੰ, ਗਵਰਨਮੈਂਟ ਜੋਬ ਮਿਲੇ, ਕਿ ਕਿਸੇ ਦੇ ਉੱਪਰ ਇੰਡੀਪੈਂਡੈਂਟ ਨਾ ਰਹਿਣ। ਹਾਂਜੀ।